अदरक चूस लियो, देखियो की कमाल वापरता जे। ऑपरेशन तो बाद जो कुछ खाना पीना ही नहीं, ओदो भी ए देखिया गया कि ताजा अदरक जो दे चों निचोड़ के सिर्फ एक बूंद जीभ उत्ते ही पा दित्ती जावे, गोली ने सगों असर लेट कीता सी। ओना ही असर अदरक नाल सिर्फ चूसण नाल दिस गया ते जल्दी दिखिया। कैंसर दे मरीजां दे उत्ते वरत के इहदे असर देखे होण, इसे दे एक्सट्रैक्ट तों ही बना के उतरतियां गोलियां हुण मिल भी रहियां ने। ਕਹਿਣ ਵਾਲੇ ਤਾਂ ਇਹ ਵੀ ਕਹਿਣਗੇ ਨਾ ਅਦਰਕ ਤਾਂ ਰੋਜ਼ ਹੀ ਖਾਈਦੀ ਹੈ, ਇਹਦੇ ਚ ਕੀ ਖਾਸ ਗੱਲ ਹੈ? ਕਿਹਾ ਜਿਨ੍ਹਾਂ ਨੂੰ ਸਡਨ ਪੈਨਿਕ ਅਟੈਕਸ ਹੋਣੇ ਜਾਂ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ ਕਿ ਟੈਂਦੀ ਕਲਾ ਵਾਰ ਵਾਰ ਰਹਿੰਦੀ ਹੋਵੇ, ਉਹਨਾਂ ਵਿੱਚ ਵੀ ਇਹਦੀ ਵਰਤੋਂ ਕਰਕੇ ਦੇਖੀ ਗਈ ਕਿ ਕਮਾਲ ਦਾ ਅਸਰ ਦਿਖਦਾ ਜੇ। ਤੇ ਅਦਰਕ ਵਾਲੀ ਚਾਹ ਵੀ ਤੁਹਾਡੇ ਕਿਸੇ ਵੀ ਤਰ੍ਹਾਂ ਦੀ ਐਸਿਡਿਟੀ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹੋਣ, ਤੜਕੇ ਵਾਂਗ ਕਾੜ ਕਾੜ ਕੇ ਪੇੜਾ ਗਰਕ ਕਰ ਦਿੰਦੇ ਹਾਂ ਨਾ, ਉਦੋਂ ਉਸ ਅਦਰਕ ਦਾ ਰੱਤੀ ਮਾਸਾ ਅਸਰ ਨਹੀਂ ਸੀ। ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਆਨੰਦਪ੍ਰੀਤ ਸਿੰਘ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪ੍ਰਾਈਮ ਹੈਲਥ ਤੇ। ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਸਾਥ ਸਾਨੂੰ ਹੁੰਦਾ ਹੈ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਡਮ ਸਾਡੇ ਨਾਲ ਨੇ। ਬੜੇ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਕਈ ਵਾਰ, ਘਰੇਲੂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਅਸੀਂ ਸੋਚਿਆ ਵੀ ਨਹੀਂ ਹੁੰਦਾ ਕਿ ਇਹਦਾ ਇਹ ਫਾਇਦਾ ਹੋ ਸਕਦਾ, ਉਹਨਾਂ ਦੇ ਉੱਤੇ ਸਾਨੂੰ ਫਾਇਦੇ ਗਿਣਾ ਦਿੰਦੇ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਮੈਮ। ਸਤਿਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਨਿੱਕੀ ਸਤਿਕਾਲ। ਪਰ ਨੰਦਪ੍ਰੀਤ ਜੀ, ਇੱਕ ਤਾਂ ਮੈਂ ਗੱਲ ਅੱਜ ਇਸ ਵਿਸ਼ੇ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿੰਨਾ ਸਾਰੇ ਜਿਹੜੇ ਦੂਰ ਦੁਰੇਡੇ ਤੱਕ ਜੋ ਦੇਖਦੇ ਨੇ ਸੁਣਦੇ ਨੇ, ਬੜੇ ਖੂਬਸੂਰਤ ਸੁਨੇਹੇ ਵੀ ਭੇਜਦੇ ਨੇ। ਪਰ ਅੱਜ ਦੇ ਪ੍ਰੋਗਰਾਮ ਤੋਂ ਪਹਿਲਾਂ ਮੈਂ ਇਹ ਜ਼ਰੂਰ ਵਾਅਦਾ ਲੈਣਾ ਜੇ ਹਰ ਸੁਣਨ ਵੇਖਣ ਵਾਲੇ ਤੋਂ ਵੀ ਮੈਨੂੰ ਤੇ ਨੰਦਪ੍ਰੀਤ ਨੂੰ ਅਦਰਕ ਦੀ ਚਾਹ ਲਈ ਸੱਦਾ ਜ਼ਰੂਰ ਭੇਜਣਗੇ, ਅਸੀਂ ਤਾਂ ਹੀ ਫਾਇਦੇ ਗਿਣਾਣੇ। ਜੀ ਬਿਲਕੁਲ ਠੀਕ ਹੈ ਮੈਮ, ਪਿਛਲੇ ਵਾਰ ਤੁਸੀਂ ਪ੍ਰੋਗਰਾਮ ਕੀਤਾ ਤੇ ਕਹਿੰਦੇ ਟੈਲੀਫੋਨ ਦੀ ਘੰਟੀ ਤੁਹਾਡੀ ਖੜਕਣ ਹੋਣੀ ਹਟੀ, ਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਪੂਰਾ ਦੇਖਿਓ, ਕਿਉਂਕਿ ਮੈਡਮ ਨੂੰ ਹੋਰ ਬਹੁਤ ਰੁਝੇਵੇਂ ਹੁੰਦੇ ਨੇ ਤੇ ਉਹਨਾਂ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ, ਤੇ ਇਸ ਪ੍ਰੋਗਰਾਮ ਤੋਂ ਬਾਅਦ ਵੀ ਇਹਨਾਂ ਨੇ ਬੜੇ ਰੁਝੇਵੇਂ ਨੇ ਸਮਾਂ ਦਿੱਤਾ। ਮੈਮ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ, ਪਰ ਵਾਕਈ ਬੇਨਤੀ ਵੀ ਕਰ ਸਕਦੇ ਹਾਂ ਕਿ ਸੁਣਨ ਵੇਖਣ ਵਾਲਿਆਂ ਨੂੰ ਪ੍ਰੋਗਰਾਮ ਪੂਰਾ ਜ਼ਰੂਰ ਸੁਣ ਲਿਆ ਕਰੋ। ਬਹੁਤ ਸਾਰੇ ਤੁਹਾਡੇ ਸ਼ੰਕੇ ਇਸਦੇ ਵਿੱਚ ਹੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਵੇਂ ਨੰਦਪ੍ਰੀਤ ਜੀ ਨੇ ਕਿਹਾ ਹੁਣੇ ਮੈਂ ਉਸ ਤੋਂ ਬਾਅਦ ਕਲਾਸ ਵੀ ਲੈਣੀ ਹੈ ਆਨਲਾਈਨ, ਫਿਰ ਇਹ ਲਗਾਤਾਰ ਪ੍ਰੋਗਰਾਮਾਂ ਵਿੱਚ ਬਹੁਤ ਔਖਾ ਹੁੰਦਾ ਜੇ ਫੋਨ ਅਟੈਂਡ ਕਰਨੇ। ਸੋ ਜਿਹੜੇ ਕੋਈ ਹੋਣ ਵਿਸ਼ੇ, ਮੇਰਾ ਖਿਆਲ ਤੁਹਾਨੂੰ ਉਹ ਦੇ ਦੇਣ ਵਟਸਐਪ ਰਾਹੀਂ ਜਾਂ ਤੁਹਾਡੇ ਜਾਂ ਸਾਡੇ ਪ੍ਰੋਗਰਾਮ ਹੇਠਾਂ ਹੀ ਸਵਾਲ ਪੁੱਛ ਲੈਣ, ਅਸੀਂ ਜ਼ਰੂਰ ਉਹਦੇ ਜਵਾਬ ਦੇਵਾਂਗੇ। ਜੀ ਬਿਲਕੁਲ ਠੀਕ ਹੈ ਮੈਮ, ਤੇ ਸ਼ੁਰੂਆਤ ਦੇ ਵਿੱਚ ਤੁਸੀਂ ਅਦਰਕ ਵਾਲੀ ਚਾਹ ਦਾ ਜ਼ਿਕਰ ਕੀਤਾ ਸੀਗਾ, ਤੇ ਇਹਦੇ ਪਿੱਛੇ ਕੋਈ ਖਾਸ ਕਾਰਨ ਬਣਾ ਕੇ ਤਾਂ ਨਹੀਂ ਰੱਖੀ ਤੁਸੀਂ? ਬਿਲਕੁਲ, ਕਿਉਂਕਿ ਦੇਖੋ ਨਾ, ਅਦਰਕ ਦੇ ਉੱਤੇ ਜਦੋਂ ਖੋਜਾਂ ਹੋਈਆਂ ਹੋਣ ਤਾਂ ਫਿਰ ਸਾਂਝਾ ਕਰਨਾ ਸਾਡਾ ਤਾਂ ਫਰਜ਼ ਬਣਦਾ ਹੀ ਹੈ। ਅਮਰੀਕਨ ਪੇਨ ਸੋਸਾਇਟੀ ਵਰਗਿਆਂ ਨੇ ਜਦੋਂ ਇਸ ਚੀਜ਼ ਦਾ ਜ਼ਿਕਰ ਕੀਤਾ ਹੋਏ ਤੇ ਕੈਂਸਰ ਦੇ ਮਰੀਜ਼ਾਂ ਦੇ ਉੱਤੇ ਵਰਤ ਕੇ ਇਹਦੇ ਅਸਰ ਦੇਖੇ ਹੋਣ, ਫਿਰ ਗੱਲ ਕਰਾਂ ਜੇ ਮੈਂ ਪੁਰਾਣੇ ਸਮਿਆਂ ਦੀ ਤਾਂ ਵਿਸ਼ਵ ਯੁੱਧ ਜਿਹੜਾ ਹੋਇਆ ਉਹਦੇ ਦੌਰਾਨ ਵੀ ਤੁਸੀਂ ਹੈਰਾਨ ਹੋਵੋਗੇ ਕਿ ਜੋ ਵਰਲਡ ਵਾਰ 1 ਸੀ, ਯਾਨੀ ਪਹਿਲੇ ਵਿਸ਼ਵ ਯੁੱਧ ਦੌਰਾਨ ਜਦੋਂ ਘੋੜਿਆਂ ਨੂੰ ਉਦੋਂ ਜਿਹੜੇ ਵਰਤੋਂ ਚ ਆਏ ਜਾਂਦੇ ਸਨ, ਜਦੋਂ ਉਹਨਾਂ ਨੂੰ ਕਬਜ਼ ਹੋ ਜਾਂਦੀ ਸੀ ਨਾ, ਤਾਂ ਉਦੋਂ ਵੀ ਅਦਰਕ ਦੀਆਂ ਗੋਲੀਆਂ ਹੀ ਉਹਨਾਂ ਦੇ ਪਾਈਆਂ ਜਾਂਦੀਆਂ ਸੀ ਮੱਲ ਦੇ ਰਾਹੀਂ, ਤੇ ਫਿਰ ਉਹ ਉਹਦੇ ਨਾਲ ਇਹ ਠੀਕ ਹੁੰਦੇ ਰਹੇ, ਯਾਨੀ ਇਹ ਅਸਰ ਉਦੋਂ ਤੋਂ ਜਾਰੀ ਸੀ। ਪਰ ਗੱਲ ਜਿਹੜੀ ਜਿਸ ਕਾਰਨ ਇਹ ਖੋਜ ਸ਼ੁਰੂ ਹੋਈ ਉਹ ਇਹ ਸੀ ਕਿ ਪੁਰਾਣੇ ਸਮਿਆਂ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਭਾਰਤ ਦੀ ਪੁਰਾਣੀ ਜੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਉਹ ਚੀਜ਼ਾਂ ਦੀ ਜਾਣਕਾਰੀ ਨਹੀਂ, ਹੁਣ ਦੀ ਸਿਰਫ ਗਿਆਨ ਹੀ ਬਹੁਤ ਵਧੀਆ ਹੈ, ਤਾਂ ਫਿਰ ਇਹ ਖੋਜ ਹੀ ਤਾਂ ਆਰੰਭੀ ਗਈ ਸੀ ਕਿਉਂਕਿ ਸਾਡੇ ਪੁਰਾਣੇ ਜੋ ਲਿਖਿਤ ਸਾਡੇ ਕੋਲ ਨੇ, ਯਾਨੀ ਜਿਹੜੀ ਸਾਡੀ ਹੀ ਭਾਰਤ ਦੀ ਸਭਿਅਤਾ ਵਿੱਚ ਜ਼ਿਕਰ ਪੁਰਾਣੇ ਸਮਿਆਂ ਦੇ ਜੋ ਹਕੀਮ ਸਨ ਉਹਨਾਂ ਦਾ ਜਦੋਂ ਦਰਦ ਨਿਵਾਰਕ ਤੱਤਾਂ ਦਾ ਤੇ ਹਾਜ਼ਮੇ ਵਜੋਂ ਜਦੋਂ ਵਰਤਿਆ ਜਾਂਦਾ ਸੀ, ਉਹਨਾਂ ਦੇ ਜੋ
ਜਿਹਨੂੰ ਉਹ ਤਰੀਕੇ ਤੌਰ ਤਰੀਕੇ ਵਰਤਣ ਦੇ ਸੀ ਉਹੀ ਜਦੋਂ ਨਜ਼ਰੀ ਇਹਨਾਂ ਦੇ ਪੁਰਾਣੇ ਪਏ ਉੱਥੋਂ ਹੀ ਇਹ ਖੋਜ ਆਰੰਭੀ ਗਈ। ਕਿਉਂਕਿ ਗੱਲ ਇਹ ਹੈ ਕਿ ਆਮ ਹੀ ਸੁਣਿਆ ਜਾਂਦਾ ਜਦੋਂ ਖੰਘ ਹੋਵੇ ਨਾ ਪਹਿਲਾਂ ਸਾਰੇ ਆਪਣੇ ਡਾਕਟਰ ਸਾਥੀਆਂ ਤੋਂ ਖਿਮਾ ਮੰਗਦੀਆਂ ਕਿਉਂਕਿ ਬਹੁਤ ਸਾਰਿਆਂ ਦੀ ਖੰਘ ਜ਼ੁਕਾਮ ਲਈ ਸ਼ਾਇਦ ਮਰੀਜ਼ ਆਣੇ ਬੰਦ ਹੋ ਜਾਣ ਪਰ ਜਿਹੜੇ ਠੀਕ ਹੋਣਗੇ ਮੈਨੂੰ ਲੱਗਦਾ ਉਹ ਜ਼ਰੂਰ ਸਾਡਾ ਸਾਥ ਦੇਣਗੇ ਕਿ ਜਦੋਂ ਖੰਘ ਆਮ ਹੁੰਦੀ ਹੋਵੇ ਤਾਂ ਉਹਦੇ ਲਈ ਮਲੱਠੀ ਜਦੋਂ ਚੂਸ ਕੇ ਮੂੰਹ ਦੇ ਵਿੱਚ ਜਦੋਂ ਰੱਖ ਲਈ ਜਾਏ ਤਾਂ ਸਦੀਆਂ ਤੋਂ ਅਜ਼ਮਾਇਆ ਹੋਇਆ ਨੁਸਖਾ ਹੈ ਕਿ ਖੰਘ ਈਵਨ ਜੋ ਅੱਖਾਂ ਲਈ ਆਪਰੇਸ਼ਨ ਕਰਵਾਉਣ ਵੀ ਜਾਂਦੇ ਨੇ ਮੂੰਹ ਦੇ ਵਿੱਚ ਨਿੱਕੀ ਜਿਹੀ ਮਲੱਠੀ ਦਾ ਟੋਟਾ ਪਾ ਕੇ ਚੂਸਦੇ ਰਹਿੰਦੇ ਨੇ ਜਿਹਦੇ ਨਾਲ ਉਸ ਆਪਰੇਸ਼ਨ ਦੌਰਾਨ ਖੰਘ ਨਹੀਂ ਆਉਂਦੀ। ਸੋ ਇਹ ਚੀਜ਼ ਕਮਾਲ ਦੀ ਸੀ ਜਿਸ ਸਦਕਾ ਇਹਦੇ ਤੇ ਖੋਜ ਸਾਰੀਆਂ ਆਰੰਭੀਆਂ। ਅਮੈਰੀਕਨ ਪੇਨ ਸੋਸਾਇਟੀ ਤੇ ਜਰਨਲ ਆਫ ਪੇਨ ਜਿਹੜੇ ਚਾਹਣ ਉਹ ਇਹਨਾਂ ਦੇ ਵਿੱਚ ਪੜ੍ਹ ਵੀ ਸਕਦੇ ਨੇ ਇਸ ਖੋਜ ਨੂੰ ਕਿਉਂਕਿ ਜਰਨਲ ਆਫ ਪੇਨ ਇੱਕ ਵਿਸ਼ਵ ਪ੍ਰਸਿੱਧ ਸਾਡਾ ਜੋ ਦਰਦ ਨਿਵਾਰਕ ਦੇ ਬਾਰੇ ਜਿੰਨੇ ਵੀ ਲੇਟੈਸਟ ਉਸ ਥਾਂ ਤੇ ਜੋ ਵੀ ਖੋਜਾਂ ਹੋਈਆਂ ਨੇ ਉਹਨਾਂ ਵਿੱਚ ਸ਼ਾਮਿਲ ਕੀਤੀਆਂ ਜਾਂਦੇ ਨੇ ਉਹਦੇ ਵਿੱਚ ਅਦਰਕ ਦਾ ਜ਼ਿਕਰ ਹੋਣਾ ਹੀ ਕਮਾਲ ਦੀ ਗੱਲ ਹੈ। ਹੁਣ ਇਹਦੇ ਵਿੱਚ ਕਿਹੜੀ ਖੋਜ ਹੋਈ ਕਿ ਕਸਰਤ ਜਦੋਂ ਕਰਨ ਦੇ ਬਾਅਦ ਹੁਣ ਇਹ ਕੁਦਰਤੀ ਨੁਸਖਾ ਸੀ ਜਿਸ ਨੂੰ ਹੁਣ ਅਸੀਂ ਦਵਾਈ ਦੀ ਤੌਰ ਤੇ ਵੀ ਦੇ ਰਹੇ ਹਾਂ ਕਿ ਜਿਹੜੇ ਜਿਹਨੇ ਦੇਖਿਆ ਗਿਆ ਕਿ ਕਾਫੀ ਐਕਸਰਸਾਈਜ਼ ਕਰਦੇ ਨੇ ਕੋਈ ਖੇਡਾਂ ਦੇ ਵਿੱਚ ਨੇ ਕੋਈ ਜਿਵੇਂ ਵੀ ਬਹੁਤ ਜ਼ਿਆਦਾ ਜਦੋਂ ਕਸਰਤ ਤੋਂ ਬਾਅਦ ਤੁਹਾਡੇ ਪੱਠਿਆਂ ਵਿੱਚ ਦਰਦ ਹੋਣ ਲੱਗ ਜਾਏ ਮਸਲ ਤੁਹਾਡੀਆਂ ਦਰਦ ਕਰਦੀਆਂ ਹੋਣ ਥਕਾਵਟ ਕਾਫੀ ਜਦੋਂ ਤੁਹਾਡੀ ਲੱਗੇ ਵੀ ਹੁਣ ਤਾਂ ਕੋਈ ਨਾ ਕੋਈ ਗੋਲੀ ਦਰਦ ਦੀ ਖਾਣੀ ਪੈਣੀ ਹੈ ਸੋ ਉਹਨਾਂ ਵਾਸਤੇ ਇਹ ਅਜ਼ਮਾਇਆ ਗਿਆ ਜਿਹੜੀ ਖੋਜ ਕੀਤੀ ਗਈ ਸੀ ਅੱਧੇ ਜਣਿਆਂ ਨੂੰ ਵੰਡ ਕੇ ਦਰਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਤੇ ਜਿਹੜੇ ਬਾਕੀ ਅੱਧੇ ਸਨ ਉਹਨਾਂ ਨੂੰ ਸਿਰਫ ਤਾਜ਼ਾ ਅਦਰਕ ਚੂਸਣ ਲਈ ਦਿੱਤਾ ਗਿਆ ਜੀ। ਹੁਣ ਤੁਸੀਂ ਇਹ ਦੇਖੋ ਕਿ ਖੋਜਾਂ ਸਿਰਫ ਉਹਨਾਂ ਦੀ ਸੋਚ ਦੇ ਉੱਤੇ ਆਧਾਰਿਤ ਨਹੀਂ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਦਰਦ ਸਾਡੇ ਹਰ ਇੱਕ ਦੇ ਆਪਣੇ ਮਹਿਸੂਸ ਕਰਨ ਦਾ ਵੱਖਰਾ ਮੀਟਰ ਹੁੰਦਾ ਜੀ ਯਾਨੀ ਕੋਈ ਉਂਗਲ ਕੱਟੇ ਤੋਂ ਬਾਅਦ ਵੀ ਸੀ ਤੱਕ ਨਹੀਂ ਕਰਦਾ ਕਿਸੇ ਨੂੰ ਗੋਲੀ ਵੱਜੀ ਹੋਏ ਸਾਡੇ ਕੋਈ ਫੌਜੀ ਵੀਰ ਨੂੰ ਤਾਂ ਉਹ ਵੀ ਕੋਈ ਜ਼ਿਕਰ ਵੀ ਨਹੀਂ ਕਰਦੇ ਵੀ ਕਿਤੇ ਦਰਦ ਵੀ ਹੋਈ ਹੈ ਜਾਂ ਪਤਾ ਵੀ ਲੱਗਿਆ ਤੇ ਦੂਜੇ ਪਾਸੇ ਇੱਕ ਮਾੜੀ ਜਿਹੀ ਝਰੀਟ ਨਾਲ ਵੀ ਹੋ ਹੱਲਾ ਮਚਾਉਣ ਵਾਲੇ ਹੁੰਦੇ ਨੇ ਕਿ ਸਾਰੇ ਸਾਡੀ ਐਮਰਜੈਂਸੀ ਦੇ ਵਿੱਚ ਹੀ ਇੰਨੀਆਂ ਚੀਕਾਂ ਝੰਗਾੜਾਂ ਹੁੰਦੀਆਂ ਵੀ ਲੱਗਦਾ ਪਤਾ ਨੀ ਕੀ ਕੁਛ ਵੱਢ ਕੇ ਆ ਗਿਆ ਤੇ ਹੁੰਦਾ ਇੰਨੀ ਬਰੀਕ ਜਿਹੀ ਝਰੀਟ ਹੈ ਕਿ ਆਪ ਹੀ ਮੁਸ਼ਕਲ ਨਾਲ ਹਾਸਾ ਰੋਕਣਾ ਪੈਂਦਾ ਵੀ ਕਾਹਦੇ ਲਈ ਇੰਨਾ ਚੀਕ ਝਾੜਾ। ਸੋ ਗੱਲ ਕਹਿਣ ਦਾ ਭਾਵ ਇਹ ਹੈ ਕਿ ਸਿਰਫ ਇੱਕ ਜਦੋਂ ਟੈਸਟ ਕੀਤੇ ਗਏ ਦੋਨਾਂ ਵਿੱਚ ਕਿ ਦਰਦ ਦੇ ਨਾਲ ਜੋ ਹਾਰਮੋਨ ਜਿਸ ਤਰ੍ਹਾਂ ਦੇ ਰਸ ਨਿਕਲਦੇ ਸੀ ਜਾਂ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਤਾਂ ਇਹ ਵੇਖਣ ਵਿੱਚ ਆਇਆ ਕਿ ਜਿੰਨਾ ਗੋਲੀ ਨੇ ਸਗੋਂ ਅਸਰ ਲੇਟ ਕੀਤਾ ਸੀ ਪਰ ਜਿੰਨਾ ਅਸਰ ਗੋਲੀ ਦੇ ਨਾਲ ਦਿਸਿਆ ਓਨਾ ਹੀ ਅਸਰ ਅਦਰਕ ਨਾਲ ਸਿਰਫ ਚੂਸਣ ਨਾਲ ਦਿਸ ਗਿਆ ਤੇ ਜਲਦੀ ਦਿਖਿਆ। ਅੱਛਾ ਜੀ। ਸੋ ਇਹ ਦੇਖਦਿਆਂ ਸਾਡੇ ਬਹੁਤ ਸਾਰੇ ਵੀਰ ਜੋ ਫਾਰਮਾਸਿਊਟੀਕਲ ਕੰਪਨੀਜ਼ ਚਲਾਉਂਦੇ ਨੇ ਰੱਬ ਉਹਨਾਂ ਦਾ ਹੋਰ ਸਗੋਂ ਮੈਂ ਤਾਂ ਕਹਿੰਦੀ ਹਾਂ ਕਾਰੋਬਾਰ ਚਲਾਏ ਹੋਰ ਸਗੋਂ ਵਧੀਆ ਤੁਰਨ ਪਰ ਉਹਨਾਂ ਨੇ ਅਦਰਕ ਦਾ ਰਸ ਪਾ ਕੇ ਦਵਾਈਆਂ ਦੇ ਵਿੱਚ ਹੁਣ ਸ਼ੁਰੂ ਕਰ ਲਿਆ ਕਿ ਭਾਈ ਚਲੋ ਇਸੇ ਹੀ ਤਰੀਕੇ ਸਹੀ ਇਹ ਜੇ ਅਸਰ ਇਹ ਐਡਾ ਤਗੜਾ ਦਿਖਾਉਂਦੀ ਜੇ ਤਾਂ ਇਸੇ ਦੇ ਐਕਸਟ੍ਰੈਕਟ ਤੋਂ ਹੀ ਬਣਾ ਕੇ ਉਹ ਦਰਦ ਦੀਆਂ ਗੋਲੀਆਂ ਹੁਣ ਮਿਲ ਵੀ ਰਹੀਆਂ ਨੇ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿਸਨੇ ਆਪ ਅਜ਼ਮਾਉਣਾ ਹੋਏ ਜ਼ਰਾ ਕਦੇ ਇਹ ਕੋਸ਼ਿਸ਼ ਕਰ ਵੇਖਿਓ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਇਹ ਤਜਰਬੇ ਸਫਲ ਹੋਏ ਨੇ ਖੋਜ ਛੱਪ ਵੀ ਚੁੱਕੀ ਏ। ਸੋ ਜਦੋਂ ਵੀ ਕਦੇ ਕਸਰਤ ਤੋਂ ਬਾਅਦ ਤੁਹਾਨੂੰ ਮਹਿਸੂਸ ਹੁੰਦਾ ਹੋਏ ਕਿ ਬਹੁਤ ਜ਼ਿਆਦਾ ਮਸਲ ਖਿੱਚੀਆਂ ਗਈਆਂ ਥੱਕ ਗਏ ਆ ਆਰਾਮ ਤਾਂ ਕਰੋਗੇ ਹੀ ਪਰ ਨਾਲੋ ਨਾਲ ਅਦਰਕ ਚੂਸ ਲਿਓ ਦੇਖਿਓ ਕੀ ਕਮਾਲ ਵਾਪਰਦਾ ਜੇ ਤਾਜ਼ਾ ਅਦਰਕ ਇਹ ਖਾਸ ਖਿਆਲ ਰੱਖਿਓ ਮਲੱਠੀ ਜਿਵੇਂ ਜ਼ਿਕਰ ਕੀਤਾ ਕਿ ਸੁੱਕੀ ਹੋਈ ਜਿਵੇਂ ਤੁਸੀਂ ਉਹ ਚੀਜ਼ ਨੂੰ ਲੈਂਦੇ ਉਹ ਖਾਂਸੀ ਲਈ ਬਿਹਤਰੀਨ ਜੀ। ਤਾਂ ਫਿਰ ਆਪਾਂ ਪਹਿਲਾਂ ਵੀ ਇੱਕ ਵਾਰ ਪ੍ਰੋਗਰਾਮ ਚ ਦੱਸਿਆ ਹੋਇਆ ਕਿ ਜਦੋਂ ਕੋਵਿਡ ਦੌਰਾਨ ਲੋਕਾਂ ਦੀ ਕਿਸ ਤਰੀਕੇ ਖੰਘ ਨੂੰ ਆਰਾਮ ਆਇਆ ਸੀ ਅਸੀਂ ਉਹ ਅਦਰਕ ਦੀ ਚਾਹ ਅਖੀਰ ਚ ਦੱਸਾਂਗੇ ਕੀ ਬਣਾਉਣ ਦਾ ਢੰਗ ਹੈ ਕਿਉਂਕਿ ਆਪਾਂ ਵਾਅਦਾ ਲੈਣਾ ਨਾ ਤੁਹਾਨੂੰ ਤੇ ਮੈਨੂੰ ਸਾਨੂੰ ਉਹ ਚਾਹ ਮਿਲਣੀ ਚਾਹੀਦੀ ਹੈ ਸੱਦਾ ਆਉਣਾ ਚਾਹੀਦਾ ਜੀ। ਸੋ ਜਾਰਜੀਆ ਦੀ ਯੂਨੀਵਰਸਿਟੀ ਚ ਜੋ ਖੋਜ ਹੈ ਉਹ ਇਜਾਜ਼ਤ ਦਿਓ ਤਾਂ ਮੈਂ ਜ਼ਰੂਰ ਦੱਸਣਾ ਚਾਹਾਂਗੀ ਜੀ। ਬਿਲਕੁਲ ਜੀ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਦੋ ਗਰੁੱਪ ਇਸੇ ਤਰ੍ਹਾਂ ਵਿਦਿਆਰਥੀਆਂ ਦੇ ਲਏ ਜਿਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਭਜਾਇਆ ਗਿਆ ਜੀ।
कदे किसे तरीके कदे पौड़ियां चढ़ के लियाओ, हुण इह करो हुण इह करना, यानी सारा दिन कम कार। यह नहीं कि रेस ला रहे सन, पर कम कार ते तेजी नाल तुरन नूं कहा। शाम नूं जदों थक के टुट के बह गए, टेस्ट ही कीता जाणा सी कि अदरक ते असरदार है ही, पर किस तरीके लिया जावे, कच्चा लिया जावे, भुन के लिया जावे, इहदी यानी इहदा जूस लिया जावे, जां इहनूं अचार वजों खाता जावे, किस तरीके लैणा बेहतर है। सो उह लभण लई कीता गया। हुण उहनां चों कुझ नूं आफ्टर ऑल जॉर्जिया दी यूनिवर्सिटी सी, प्रॉपर सारे टेस्ट कीते गए सन, तो कुझ नूं कच्चा दित्ता गया, कुझ नूं हल्का भुन के, ते कुझ नूं ताज़ा जूस कढ के दित्ता गया। हल्का भुनण दा मैं बिल्कुल स्पेसीफाई करते हां, हल्का भुनण दा मतलब सी मध्यम अग दे उत्ते सिर्फ ते सिर्फ 1.5 मिनट तक ही उहनूं हल्का भुनिया होया। सो उह जिस ते इक अद बूंद उहदे घिओ दी सी, बस इस तों वध नहीं। जी इह सारे ग्रुपां नूं जदों अलग अलग तरीके दित्ता गया, उहनां च इक आखरी ग्रुप नूं दित्ता सी जिहनूं असीं सब्जी जिवें लैंदे हां, तां उहनूं काढ़ काढ़ के ऐन समिज कढ के जिवें असीं बणाउंदे हां सब्जी दे विच, जदों तड़का उह इक हिस्सा उहनूं दित्ता गया। हुण इह सारे जिहड़े 4 ग्रुपां दे विचों जिन्हां नूं कच्चा दित्ता सी या ताजा उहदा रस दित्ता गया सी या भुन के हल्का भुन के दित्ता गया सी, उहनां दी इक्को जिहा असर दिसिया। पर जदों ਉਹ ਆਖਰੀ ਗਰੁੱਪ ਜਿਸਨੂੰ ਅਸੀਂ ਤੜਕੇ ਵਾਂਗ ਕਾੜ ਕਾੜ ਕੇ ਬੇੜਾ ਗਰਕ ਕਰ ਦਿੰਦੇ ਆ ਨਾ, ਉਦੋਂ ਉਸ ਅਦਰਕ ਦਾ ਰੱਤੀ ਮਾਸਾ ਅਸਰ ਨਹੀਂ ਸੀ। ਇਸੇ जी ਤਰ੍ਹਾਂ ਅਦਰਕ ਦੀ ਪੇਸਟ ਵੀ ਦਿੱਤੀ ਗਈ ਜਿਨ੍ਹਾਂ ਨੂੰ 0 ਅਸਰ ਸੀ। ਤੁਸੀਂ ਆਪ ਵੀ ਸਮਝ ਸਕਦੇ ਹੋ ਹੁਣ ਕਿ ਇਹ ਕਿਸ ਕਰਨ ਦੀ ਲੋੜ ਹੈ, ਤੇ ਕਿਵੇਂ ਅਸੀਂ ਕੁਦਰਤੀ ਐਸੀ ਖੂਬਸੂਰਤ ਚੀਜ਼ ਨੂੰ ਸਿਰਫ ਰਿੰਨ ਰਿੰਨ ਕੇ ਨਾਸ ਮਾਰ ਕੇ ਅਸੀਂ ਉਹਨੂੰ ਜਦੋਂ ਵਰਤਦੇ ਹਾਂ ਉਹਦਾ ਫਾਇਦਾ ਖਤਮ ਕਰ ਦਿੰਦੇ। जी मैम, ਪਰ कहने वाले, ਕਮਾ जी ਕੇ ਦੇਖ। जी जी ਜੀ मैम, कहने वाले तो ये भी कहने के ना अदरक तो रोज़ ही खाई दी है, ये की खास गल है? क्योंकि अगला कहूगा रोटी दे जो सब्जी बनाई दी है वो अदरक पाई दी है, चाह दे विच भी पा ली दी है, तो जी खास की है, खोज वाली गल कि सी वो थोड़ा जि दस्यो, कि ਜੀ बीमारियों ने दूर कर दिया? ਇਹਦੇ ਚ 9 ਤੱਤ ਲੱਭੇ ਗਏ ਖੋਜ जी ਦੀ, ਜਿਵੇਂ ਤੁਸੀਂ ਜ਼ਿਕਰ ਕੀਤੀ, ਜਿਨ੍ਹਾਂ ਦੇ ਵਿੱਚ ਮੈਂ ਸਾਰੇ, ਕਿਉਂਕਿ ਉਹ ਨਾਮ ਥੋੜੇ ਔਖੇ ਨੇ ਤਾਂ ਆਮ ਮੇਰਾ ਖਿਆਲ ਕਿਸੇ ਨੂੰ ਇੰਟਰਸਟ ਵੀ ਨਹੀਂ ਹੋਣਾ, ਪਰ ਇਹ ਸਾਡੇ ਸਰੀਰ ਅੰਦਰਲੇ ਸੀਰੋਟੋਨਿਨ ਇੱਕ ਹੁੰਦਾ ਜੇ ਰਸ, ਜਿਸ ਨੂੰ ਇਹ ਇੱਕ ਤਰੀਕੇ ਬੰਨ ਕੇ ਰੱਖ ਦਿੰਦੇ ਨੇ, ਜਿਸ ਨਾਲ ਸਾਨੂੰ ਚੜ੍ਹਦੀ ਕਲਾ ਮਹਿਸੂਸ ਹੋਣ ਲੱਗ ਜਾਂਦੀ ਹੈ। जी ਯਾਨੀ ਕੁਦਰਤੀ ਤੌਰ ਤੇ ਐਡੀ ਤਗੜੀ ਚੀਜ਼ ਕਿ ਉਹਦੇ ਨਾਲ ਹੀ ਸਾਨੂੰ ਇਹ ਦਰਦ ਵਗੈਰਾ ਸਾਰਾ ਕੁਝ ਠੀਕ ਹੋ ਜਾਂਦਾ ਹੈ। ਇਹ ਈਵਨ ਉਹੋ ਜਿਹੇ ਕੇਸਿਸ ਵੀ ਯੂਜ਼ ਕੀਤਾ ਗਿਆ ਜਿਨ੍ਹਾਂ ਨੂੰ ਸਡਨ ਪੈਨਿਕ ਅਟੈਕਸ ਹੋਣੇ, ਜਾਂ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ ਕਿ ਢਹਿੰਦੀ ਕਲਾ ਵਾਰ ਵਾਰ ਰਹਿੰਦੀ ਹੋਵੇ, ਉਹਨਾਂ ਵਿੱਚ ਵੀ ਇਹਦੀ ਵਰਤੋਂ ਕਰਕੇ ਦੇਖੀ ਗਈ ਕਿ ਕਮਾਲ ਦਾ ਅਸਰ ਦਿਖਦਾ ਜੇ। ਫਰਕ ਸਿਰਫ ਇਹ ਹੁੰਦਾ ਜੇ ਕਿ ਕਿੰਨੀ ਮਾਤਰਾ ਕਿੰਨੀ ਦੇਰ ਤੱਕ ਕਿਸ ਢੰਗ ਨਾਲ ਲਈ ਜਾਏ। ਚੀਜ਼ ਉਹੀ ਹੁੰਦੀ ਜੇ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀ, ਪਿਆਜ਼ ਤੇ ਪਿਆਜ਼ ਹੀ ਹੈ, ਪਰ ਜਦੋਂ ਉਹਨੂੰ ਭੁੰਨ ਦੇਣਾ ਉਹਦਾ ਅਸਰ ਖਤਮ, ਜਾਂ ਉਹਦੀ ਬਾਹਰਲੀ ਲਾਲ ਬਰੀਕ ਪਰਤ ਮਹੀਨ ਛੱਡ ਕੇ ਉਹਦੀ ਬਾਹਰ ਲਿਆ, ਜਦੋਂ ਸਿਰਾ ਵੀ ਅਸੀਂ ਲਾ ਦਿੰਦੇ ਹਾਂ ਬਾਹਰਲੀ ਪਰਤ, ਅਸਲ ਗੁਣ ਤਾਂ ਗਏ, ਫਿਰ ਕਹਿੰਦੇ ਆ ਫਾਇਦਾ ਹੋ ਗਿਆ। ਬਿਲਕੁਲ ਇੰਜੀ ਅਦਰਕ ਜੇ ਵਰਤਣਾ ਜੇ ਰਾਤਿਕ ਜੇ ਉਹਦੀ ਛਿੱਲੜ ਕੋਟੀ ਕੱਟ ਲਈ, ਫਿਰ ਬਸ ਹੀ ਕਰੋ, ਤੁਸੀਂ ਸਾਰਾ ਕੁਝ ਸੁੱਟ ਦਿੱਤਾ। ਸੋ ਬਿਹਤਰ ਹੈ ਉਹਨੂੰ ਚੰਗੀ ਤਰ੍ਹਾਂ ਧੋ ਕੇ ਛਿੱਲੜ ਸਮੇਤ ਹੀ ਮਾੜਾ ਜਿਹਾ ਕੁੱਟ ਕੇ ਜਾਂ ਉਸੇ ਤਰ੍ਹਾਂ ਹੀ ਉਹਨੂੰ ਤੁਸੀਂ ਲੈ ਲਵੋ ਤਾਂ ਬਹੁਤ ਅਸਰਦਾਰ ਹੋਏਗਾ, ਕਿਉਂਕਿ ਅੰਤੜੀਆਂ ਦੀ ਨਾਰਮਲ ਜੋ ਤੋਰ ਰੱਖਣੀ ਹੁੰਦੀ ਜੇ, ਜਿਸ ਨੂੰ ਬਦਹਜ਼ਮੀ ਹੁੰਦੀ ਹੋਵੇ, ਹਾਜ਼ਮਾ ਠੀਕ ਨਾ ਹੁੰਦਾ ਹੋਵੇ, ਉਹਨਾਂ ਲਈ ਤਾਂ ਬਿਹਤਰੀਨ ਹੈ ਅਦਰਕ। ਜਿਵੇਂ ਮੈਂ ਦੱਸਿਆ, ਅਦਰਕ ਵਾਲੀ ਚਾਹ ਵੀ ਤੁਹਾਡੇ ਕਿਸੇ ਵੀ ਤਰ੍ਹਾਂ ਦੀ ਐਸਿਡਿਟੀ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹੋਣ, ਹੁਣ ਉਹ ਕਿਸ ਤਰੀਕੇ ਹੁੰਦਾ ਜੇ। ਅਦਰਕ ਦੀ ਜੜ੍ਹ ਚੋਂ ਟੈਸਟ ਕੀਤਾ ਸੀ, ਇੱਕ ਪ੍ਰੋਸਟਾਗਲੈਂਡਨ E2 ਮਾਰਕਰ ਹੁੰਦਾ ਜੇ, ਇੱਕ ਖੋਜ ਰਾਹੀਂ ਸਾਹਮਣੇ ਆਇਆ, ਇਹ ਅੰਤੜੀਆਂ ਦੀ ਸੋਜਿਸ਼ ਦੇ ਵਿੱਚ ਨਿਕਲਦਾ ਜੇ। ਸੋ ਇਹ ਦੇਖਿਆ ਗਿਆ ਕਿ ਤਾਜ਼ਾ ਅਦਰਕ ਖਾਣ ਨਾਲ, ਕਿਉਂਕਿ ਇਹੀ ਮਾਰਕਰ ਜੇ ਜਿਹੜਾ ਅੰਤੜੀਆਂ ਦੇ ਕੈਂਸਰ ਵਿੱਚ ਵੀ ਇਹਦਾ ਰੋਲ ਲੱਭਿਆ ਗਿਆ। ਸੋ ਜੀ ਤਾਜ਼ਾ ਅਦਰਕ ਜਦੋਂ ਖਾਧਾ ਗਿਆ, ਸਿਰਫ ਇੱਕ ਤੁਰੀ, ਯਾਨੀ ਜੇ ਤੁਹਾਡੀ ਆਪਣੀ ਉਂਗਲ ਦੀ ਆ ਪਹਿਲੇ ਪੋਟੇ ਜਿੱਡੀ ਲੰਬਾਈ ਜਿੱਡੀ, ਤੇ ਤੁਸੀਂ ਅਦਰਕ ਬਰੀਕ ਲੈ ਕੇ ਉਨੀ ਕੁ ਮੂੰਹ ਦੇ ਵਿੱਚ ਰੱਖ ਕੇ ਚੂਸ ਦਿਓ, ਸਿਰਫ 15 ਮਿੰਟ ਤੱਕ, ਉਸ ਤੋਂ ਉੱਪਰ ਬਿਲਕੁਲ ਨਹੀਂ। ਜੀ
ਤਾਂ ਉਹ ਹਲਕਾ ਹਲਕਾ ਰਸ ਜਿਹੜਾ ਅੰਦਰ ਤੁਹਾਡਾ ਜਾਂਦਾ ਜੇ ਉਹ ਤੁਹਾਨੂੰ ਬਾ ਕਮਾਲ ਅਸਰ ਵਿਖਾਉਂਦਾ ਜੇ 15 ਮਿੰਟ ਤੋਂ ਉੱਪਰ ਬਿਲਕੁਲ ਨਹੀਂ ਰੱਖਣਾ 10 ਮਿੰਟ ਵੀ ਬਹੁਤ ਅਸਰਦਾਰ ਨੇ ਤੁਸੀਂ ਲੈ ਸਕਦੇ ਹੋ ਇਹਨਾਂ ਵਿੱਚ ਜਿਹੜੀ ਅਸਲ ਹੁਣ ਫਾਇਦਾ ਦਿਖਿਆ ਕਿ ਭਾਵੇਂ ਉਹ ਕੈਂਸਰ ਦੇ ਪੇਸ਼ੈਂਟਸ ਨੇ ਭਾਵੇਂ ਉਹ ਸਮੁੰਦਰ ਤੇ ਅਸਰ ਕਰਦੇ ਹੋਣ ਜਾਂ ਕੋਈ ਟਰੈਵਲਿੰਗ ਸਿਕਨੈਸ ਜਿਹਨਾਂ ਨੂੰ ਹੁੰਦੀ ਹੋਵੇ ਜਾਂ ਗਰਭਵਤੀ ਔਰਤਾਂ ਜਿਨ੍ਹਾਂ ਨੂੰ ਕਾਫੀ ਉਲਟੀਆਂ ਲੱਗਦੀਆਂ ਹੋਣ ਉਹਨਾਂ ਸਾਰਿਆਂ ਲਈ ਬਹੁਤ ਸਾਰੀਆਂ ਤੇਜ਼ ਤੋਂ ਤੇਜ਼ ਦਵਾਈਆਂ ਆ ਚੁੱਕੀਆਂ ਨੇ ਪਰ ਜਦੋਂ ਇਹ ਖੋਜ ਛਪੀ ਉਹ ਕਮਾਲ ਦਾ ਅਸਰ ਉਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਇਹਦੇ ਵਿੱਚ ਅਦਰਕ ਦੇਣ ਨਾਲ ਜ਼ਿਆਦਾ ਦੇਰ ਤੱਕ ਤੇ ਉਲਟੀ ਦਾ ਜਿਹੜਾ ਹੁੰਦਾ ਸੀ ਅਸਰ ਉਹ ਰੁਕਿਆ ਦਿਖਿਆ ਤੇ ਅਸਰ ਵੀ ਛੇਤੀ ਹੋਇਆ ਯਾਨੀ ਇੰਨੀ ਕੁ ਚੀਜ਼ ਪਰ ਅਸਰ ਦਿਖਿਆ ਤਾਜ਼ੀ ਅਦਰਕ ਦੇ ਨਾਲ ਹੁਣ ਇਹ ਚੀਜ਼ਾਂ ਵਿੱਚ ਤੁਸੀਂ ਸਮਝ ਹੀ ਲਓ ਕਿ ਕਿੰਨਾ ਅਸਰਦਾਰ ਹੈ ਕਿ ਇੱਕ ਕੈਂਸਰ ਦੇ ਪੇਸ਼ੈਂਟ ਨੂੰ ਉਲਟੀਆਂ ਆਉਂਦੀਆਂ ਹੁਣ ਕੀਮੋਥੈਰੇਪੀ ਰੇਡੀਓਥੈਰੇਪੀ ਚੱਲ ਰਹੀ ਹੈ ਜਾਂ ਗਰਭਵਤੀ ਔਰਤ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਦਵਾਈਆਂ ਬਹੁਤੀਆਂ ਲੈਣੀਆਂ ਹੀ ਨਹੀਂ ਜਾਂ ਟਰੈਵਲ ਸਿਕਨੈਸ ਤੁਸੀਂ ਸਫ਼ਰ ਕਰ ਰਹੇ ਹੋ ਸਮੁੰਦਰੀ ਜਹਾਜ਼ ਤੇ ਤਾਂ ਬਹੁਤ ਬੁਰੀ ਤਰ੍ਹਾਂ ਕਈ ਵਾਰ ਤੁਹਾਨੂੰ ਇਹ ਹੋ ਜਾਂਦੀਆਂ ਉਲਟੀਆਂ ਸੋ ਉਹਨਾਂ ਵਿੱਚ ਇਹਦਾ ਅਸਰ ਹੋਵੇ ਵੀ ਛੇਤੀ ਤੇ ਦੇਰ ਤੱਕ ਵੀ ਰਹੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਵੇਂ ਇਹਨੂੰ ਕੰਪਨੀਆਂ ਤਾਂ ਵਰਤਣ ਲੱਗ ਗਈਆਂ ਪਰ ਕਿਉਂਕਿ ਅਸਰ ਤਾਜ਼ੇ ਅਦਰਕ ਦਾ ਸੀ ਉਹ ਦਵਾਈਆਂ ਦੇ ਵਿੱਚ ਜੋ ਨਿਚੋੜ ਗਿਆ ਜੇ ਸ਼ਾਇਦ ਉਹਨਾਂ ਅਸਰ ਨਾ ਵਿਖਾਏ ਇੱਥੋਂ ਤੱਕ ਕਿ ਆਪਰੇਸ਼ਨ ਤੋਂ ਬਾਅਦ ਜਦੋਂ ਕੁਛ ਖਾਣਾ ਪੀਣਾ ਹੀ ਨਹੀਂ ਉਦੋਂ ਵੀ ਇਹ ਦੇਖਿਆ ਗਿਆ ਕਿ ਤਾਜ਼ਾ ਅਦਰਕ ਜੇ ਉਹਦੇ ਚੋਂ ਨਿਚੋੜ ਕੇ ਸਿਰਫ ਇੱਕ ਬੂੰਦ ਜੀਭ ਉੱਤੇ ਹੀ ਪਾ ਦਿੱਤੀ ਜਾਵੇ ਉੱਥੋਂ ਵੀ ਇਹ ਕਮਾਲ ਦਾ ਅਸਰ ਦਿਖਾ ਦਿੱਤਾ ਇਹਨੇ ਸੋ ਇਹ ਇੰਨਾ ਜ਼ਬਰਦਸਤ ਇਹਦਾ ਅਸਰ ਦਿਖਿਆ ਕਿ ਹਾਜ਼ਮੇ ਲਈ ਅੰਤੜੀਆਂ ਦੀ ਤੋਰ ਲਈ ਇੱਥੋਂ ਤੱਕ ਕਿ ਜਿਵੇਂ ਮੈਂ ਦੱਸ ਜਾਂ ਫਿਰ ਕਬਜ਼ ਖੋਲਣ ਲਈ ਫਿਰ ਜਿਹੜੀਆਂ ਹੁਣ ਖੋਜਾਂ ਜਾਰੀ ਨੇ ਉਹ ਬਹੁਤ ਅਹਿਮ ਨੇ ਮੈਂ 2 ਮਿੰਟ ਉਹਦੇ ਲਈ ਜ਼ਰੂਰ ਲੈਣੇ ਚਾਹਾਂਗੀ ਜੀ ਕਿ ਜੋੜਾਂ ਦੇ ਦਰਦ ਉੱਤੇ ਖੋਜ ਜਾਰੀ ਹੈ ਹਾਲੇ ਤੱਕ ਬਹੁਤ ਕਮਾਲ ਦੇ ਅਸਰ ਆ ਰਹੇ ਨੇ ਪਰ ਕਿਉਂਕਿ ਖੋਜ ਪੂਰੀ ਸੰਪੂਰਨ ਨਹੀਂ ਹੋਈ ਹੋ ਸਕਦਾ ਅਗਲੇ ਸਾਲ ਤੱਕ ਹੋ ਜਾਏ ਆਪਾਂ ਫਿਰ ਸਾਂਝੀ ਕਰਾਂਗੇ ਇਸ ਕਰਕੇ ਉਹਦੀ ਪ੍ਰੋਪਰ ਡੋਜ਼ ਤੇ ਕਿੰਨੀ ਦੇਰ ਤੱਕ ਲਈ ਜਾਵੇ ਅਜੇ ਸਾਨੂੰ ਨਹੀਂ ਪਤਾ ਪਰ ਜੇ ਜਿਸ ਨੂੰ ਜੋੜਾਂ ਦੇ ਦਰਦ ਹੋਣ ਜੇ ਉਹ ਵੈਸੇ ਹੀ ਰੈਗੂਲਰ ਇੰਨੀ ਕੁ ਤਾਜ਼ੀ ਅਦਰਕ ਲੈਂਦਾ ਰਵੇ ਤਾਂ ਉਹ ਕਾਫੀ ਅਸਰਦਾਰ ਸਾਬਤ ਉਹਨੂੰ ਹੋ ਸਕਦੀ ਹੈ ਕੋਲੈਸਟਰੋਲ ਘਟਾਉਣ ਵਿੱਚ ਵੀ ਇਹਦਾ ਚੰਗਾ ਰੋਲ ਲੱਭਿਆ ਗਿਆ ਇਹ ਵੀ ਖੋਜ ਹਾਲੇ ਜਾਰੀ ਹੈ ਕਿ ਕਿੰਨੀ ਦੇਰ ਲੈਣੀ ਹੈ ਪਰ ਇੱਕ ਵਾਰਨਿੰਗ ਜ਼ਰੂਰ ਦੇ ਦਿਆਂ ਕਿ ਕਿਤੇ ਸਾਡੇ ਪ੍ਰੋਗਰਾਮ ਤੋਂ ਬਾਅਦ ਸਾਰੇ ਪੂਰੀ ਪੂਰੀ ਅਦਰਕ ਨਾ ਖਾਣਾ ਸ਼ੁਰੂ ਕਰ ਦੇਣ ਪਹਿਲਾਂ ਹੀ ਘੱਟ ਤਾਂ ਕਹਿ ਚੁੱਕੀ ਹਾਂ ਇਹ ਅਸਲ ਚ ਲਹੂ ਪਤਲਾ ਕਰਦੀ ਜੇ ਸੋ ਲੋੜੋਂ ਵੱਧ ਖਾਣ ਨਾਲ ਜਿਹਨਾਂ ਨੂੰ ਖਾਸ ਤੌਰ ਤੇ ਜਿਹੜੇ ਵਾਰਫਰਨ ਦਵਾਈਆਂ ਲੈ ਰਹੇ ਹੋਣ ਜਾਂ ਜਿਹਨਾਂ ਦੇ ਯਾਨੀ ਖੂਨ ਇਹ ਪਤਲਾ ਕਰਦਾ ਇੰਨਾ ਜ਼ਬਰਦਸਤ ਅਸਰ ਹੈ ਕਿ ਅਸੀਂ ਕਹਿੰਦੇ ਹਾਂ ਆਪਰੇਸ਼ਨ ਜੇ ਕੋਈ ਹੋਣਾ ਤਾਂ ਉਸ ਤੋਂ ਘੱਟੋ ਘੱਟ 10 ਦਿਨ ਪਹਿਲਾਂ ਅਦਰਕ ਖਾਣੀ ਬੰਦ ਕਰ ਦਿਓ ਸੋ ਇੰਨਾ ਇਹ ਅਸਰ ਵੀ ਕਰ ਜਾਂਦੀ ਜੇ ਹੁਣ ਇਹਨਾਂ ਵਿੱਚ ਜਿਹੜੇ ਜਿਸ ਤਰੀਕੇ ਅੰਤੜੀਆਂ ਚ ਅਸਰ ਦਿਖੇ ਕਈ ਕਿਸਮ ਦੇ ਕੀਟਾਣੂ ਹੁੰਦੇ ਨੇ ਜਿਵੇਂ ਈਕੋਲਾਈ ਜਾਂ ਉਹਨਾਂ ਚੋਂ ਨਿਕਲਦੇ ਨੇ ਮਾੜੇ ਤੱਤ ਜੋ ਛੋਟੇ ਬੱਚੇ ਨੂੰ ਤਾਂ ਕਾਫੀ ਸੀਰੀਅਸ ਇਲਨੈਸ ਦੇ ਦਿੰਦੇ ਨੇ ਉਹਨਾਂ ਦੇ ਉੱਤੇ ਵੀ ਅਦਰਕ ਦਾ ਜਦੋਂ ਲੈਬੋਰੇਟਰੀ ਟੈਸਟ ਕੀਤਾ ਗਿਆ ਉਹ ਕੀਟਾਣੂ ਲਗਭਗ 80% ਮਰ ਗਏ ਟੈਸਟ ਟਿਊਬ ਦੇ ਵਿੱਚ ਸਿਰਫ ਅਦਰਕ ਦੇ ਰਸ ਪਾਉਣ ਨਾਲ ਸੋ ਉਹਦੇ ਵੀ ਖੋਜ ਜਾਰੀ ਜੇ ਕਿ ਜੇ ਟੱਟੀਆਂ ਲੱਗੀਆਂ ਹੋਣ ਤਾਂ ਇਹ ਕੀਟਾਣੂ ਖਾਸ ਤੌਰ ਤੇ ਜਦੋਂ ਈਕੋਲਾਈ ਕਾਰਨ ਹੋਣ ਤੁਸੀਂ ਨਾਲ ਦਵਾਈਆਂ ਖਾ ਰਹੇ ਹੋ ਤਾਂ ਨਾਲ ਇਹ ਵੀ ਲੈਂਦੇ ਰਹੋ ਅਸਰ ਛੇਤੀ ਹੋਏਗਾ ਜੀ ਮੈਮ ਇੱਕ ਸਵਾਲ ਇਹ ਹੈ ਕਿ ਜੀ ਇੱਕ ਸਵਾਲ ਇਹ ਹੈ ਕਿ ਬਹੁਤ ਸਾਰੇ ਸ਼ਾਇਦ ਟਿੱਪਣੀਆਂ ਵੀ ਆ ਜਾਣ ਕਿ ਬਹੁਤਾ ਅਦਰਕ ਵੀ ਨਹੀਂ ਖਾਣਾ ਚਾਹੀਦਾ ਲੋਕ ਕਹਿੰਦੇ ਨੇ ਕਿ ਗਰਮ ਬਹੁਤ ਹੁੰਦਾ ਹੈਗਾ ਅਖੀਰਲੇ ਮਿੰਟਾਂ ਵੱਲ ਅਸੀਂ ਵੱਧ ਰਹੇ ਹਾਂ ਤਾਂ ਇਸ ਨੂੰ ਵੀ ਤੁਸੀਂ ਨਾਲ ਹੀ ਲਿਓ ਸਵਾਲ ਨੂੰ ਤੇ ਇਹਦਾ ਵੀ ਜਵਾਬ ਤੁਸੀਂ ਨਾਲ ਹੀ ਦੇ ਦਿਓ ਤੇ ਆਪਣੀ ਗੱਲ ਵੀ ਕੰਟੀਨਿਊ ਕਰੋ ਬਿਲਕੁਲ ਜਿਵੇਂ ਮੈਂ ਦੱਸਿਆ ਹੁਣੇ ਵੀ ਇਹ ਲਹੂ ਪਤਲਾ ਕਰਦੀ ਹੈ ਖਤਰਨਾਕ ਵੀ ਹੋ ਸਕਦੀ ਹੈ ਉਸੇ ਤਰ੍ਹਾਂ ਜਿਨ੍ਹਾਂ ਨੂੰ ਪਿੱਤੇ ਵਿੱਚ ਪੱਥਰੀ ਹੋਵੇ ਉਹ ਬਿਹਤਰ ਹੈ ਕਿ ਨਾ ਲੈਣ ਕਿਉਂਕਿ ਇਹਦੇ ਨਾਲ ਬਾਈਲ ਰਸ ਵੱਧ ਜਾਂਦਾ ਜੇ ਸੋ ਉਹਦੇ ਵਿੱਚ ਇਹ ਖਤਰਨਾਕ ਸਾਬਤ ਵੀ ਕਦੇ ਕਦਾਈ ਹੋ ਸਕਦੀ ਹੈ ਸੋ ਉਹਨਾਂ ਲਈ ਬਿਲਕੁਲ ਇਹ ਨਹੀਂ ਲੈਣਾ ਚਾਹੀਦਾ ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਕਿ ਇੰਨੀ ਕੁ ਅਦਰਕ ਜੇ ਇਸ ਤੋਂ ਵੱਧ ਤੁਸੀਂ ਲੈ ਲੈਂਦੇ ਹੋ ਇਹ ਵੀ ਮਿਸ਼ੀਗਨ ਯੂਨੀਵਰਸਿਟੀ ਦੀ ਖੋਜ ਹੋਈ ਸੀ ਜੇ ਜ਼ਿਆਦਾ ਲੈ ਲਵੋ ਤੁਸੀਂ ਤਾਂ ਫਿਰ ਇਹ ਨੁਕਸਾਨ ਜਿਸ ਚ ਛਾਤੀ ਚ ਦਰਦ ਦਿਲ ਕੱਚਾ ਹੋਣਾ ਜਾਂ ਦਾਣੇ ਸਰੀਰ ਉੱਤੇ ਨਿਕਲ ਆਣੇ ਫਿਰ ਇਸ ਤੋਂ ਇਲਾਵਾ ਅਫਾਰਾ ਸਗੋਂ ਵੱਧ ਵੀ ਜਾਂਦਾ ਜੇ
पर ये आम तौर ते हुंदा जे जदों असी अदरक दे पाउडर या पेस्ट लोड़ों वध वरतदे आ उहदे विच, क्योंकि जी ज्यादा अदरक तुसी वैसे ही कच्ची खाओ, खाती जांदी हुई नहीं। तो इसे लई बेहतरीन जो ढंग असी दसन लगे आ कि चाह किवें बनाउणी, जी जिहड़ा नुक्ता दरअसल दसन दी लोड़ है, क्योंकि इहदे विच कमाल दे हुंदे ने तेल, जिस जरौन या होर काफी, वो तेल ही ने जिहड़े असल खुशबू भी दिंदे ने, चढ़दी कला दा एहसास, हाजमा सब कुछ ठीक करते ने, पर उहदे नाल जिहड़ा असर लैणा जे वो सिर्फ तां होएगा जदों चाह तुहाडी बन चुकी, यानी पत्ती ना काढ़ काढ़ के उहनूं साड़िओ। चाह दे विच तुसीं मोटी इलायची, छोटी इलायची, लौंग ते सौंफ ये पा के जदों तुसी पानी उबाल लिया, उहदा रस आ गया बाहर, तां अखीर विच रत्ती कि जे तुसी पत्ती पानी चाहुंदे हो पा लवो, जे नहीं पानी तां कोई गल नहीं, चंगी गल है, पर अदरक उदों ही पानी जे जदों उबाल के तुसी ठंडा उहनूं पूरी उबल चुका, हुण बस जदों उहदा ढक्कण उपर रख लो गैस बंद करके, अदरक उस समय पाना हुंदा जे, इहनूं जदों पहलां काढ़ काढ़ के तुसी वरतदे हो उहदा असर खतम हो जांदा जे। सो अदरक वाली चाह दा जे स्वाद भी लेना जे ते असर भी लेना जे, तां फिर जी इहो ढंग जे कि तुसी अखीर विच जदों बण गई, जे तुसी पत्ती भी पाई है, दुध भी पाया, सब कुछ पा लिया, तां बणन तों बाद जदों उबाला दे दित्ता, ढक्कण रख के फिर इहदे च अदरक पाओ, जांदे बूंदा ताजे अदरक दियां तुसी कद्दूकस करके विच पा सकदे हो, कमाल दा स्वाद आएगा। ते मेरा ख्याल नालों नाल उस दिन नंदप्रीत नूं ते मैनूं डॉक्टर हरशिंदर नूं याद जरूर करोगे, क्योंकि वो फायदे जो तुहानूं दर्दां ठीक करन दे नाल मिलने जे, ओह दुआवां तां देणियां पड़दियां। जी सच्ची दसा मैनू तो इदा लग रहा है कि मैं चाह पी रहा हूँ। पूरे तुसी फायदे इदा गिनाते ते बहुत बहुत वधिया तरीके दे नाल तुसी हर बार समझाने हो, इस बार भी तुसी समझाया। ते अखीरले 1 मिनट दे विच किस तरीके नाल तुसी की सलाह देना चाहते हो, कोई मशवरा, कोई गलबात रह गई होवे अदरक दे मुतलक ते वो जरूर सांझी करना साडे नाल। बिल्कुल, मैं सिर्फ आखिरी कुछ सेकेंटा विच जो चीन च दवाइयां वरतियां जांदियां ने कमाल दा असर दिखाउंदियां जे, ओह दस दिनी आ कि तुसी कुट के अंब दी दरख्त दी छाल विच उहनां ने पा के जो जिस तरीके ओह वरतदे ने, ओह दवाई बणदी जे जोड़ां दी सोजिश वास्ते, जिहड़ी कमाल दा असर विखाउंदी जे चीनी दवाई विच। पर तुसी जो लै सकदे हो दो तीन तरीके, अंडे जदों बना रहे हो ਤਾਂ ਉਹਦੇ ਵਿੱਚ ਬਹੁਤ ਬਰੀਕ ਅਦਰਕ ਕੁੱਟ ਕੇ ਤੁਸੀਂ ਜੇ ਵਿੱਚ ਨਾਲ ਉਹਨੂੰ, ਜਾਂ ਬਹੁਤ ਬਰੀਕ ਕੱਟ ਕੇ ਜਾਂ ਕੁੱਟ ਕੇ ਉਹਨੂੰ ਜੇ ਵਿੱਚ ਮਿਲਾ ਲਓ, ਤਾਂ ਉਹ ਵੀ ਜਿਵੇਂ ਗਰਮ ਦੋਨੋਂ ਚੀਜ਼ਾਂ ਜੋ ਜਿਹੜੀ ਵੀ ਇਸ ਤਰ੍ਹਾਂ ਦੀ ਸੀਰਤ ਕਹਿੰਦੇ ਨੇ, ਉਹ ਬਹੁਤ ਕਮਾਲ ਦਾ, ਸਰਦੀਆਂ ਦੇ ਵਿੱਚ ਕਮਾਲ ਹੀ ਆ ਸਕਦਾ ਜੇ ਤੁਹਾਨੂੰ। ਤੇ ਇਸੇ ਤਰ੍ਹਾਂ ਇਹਦੇ ਰਸ ਨੂੰ ਜੋ ਕੁਝ ਲੋਕ ਨੇ ਜੋ ਪਾਮ ਦਰਖਤ ਦੇ ਜਿਹੜਾ ਜੂਸ ਹੁੰਦਾ ਜੇ, ਪਾਮ ਜੂਸ, ਉਹਦੇ ਵਿੱਚ ਮਿਕਸ ਕਰਕੇ ਸਿਰ ਪੀੜ ਲਈ ਵੀ ਵਰਤਿਆ ਜਾ ਰਿਹਾ ਜੇ, ਜਾਂ ਕਈ ਤਾਂ ਅਦਰਕ ਦੀ ਪੇਸਟ ਇਸੇ ਤਰ੍ਹਾਂ ਤਾਜ਼ੇ ਅਦਰਕ ਦੀ ਸਿਰ ਦਰਦ ਵਾਸਤੇ ਸਿਰ ਤੇ ਲਾ ਕੇ ਵੀ ਠੀਕ ਕਰ ਲੈਂਦੇ ਨੇ। ਤੇ ਜਦੋਂ ਤਣਾਓ ਮਹਿਸੂਸ ਹੁੰਦਾ ਹੋਏ, ਮੈਨੂੰ ਲੱਗਦਾ ਚਾਹ ਪੀ ਲਓ, ਰਾਦਰ ਕੇ ਉੱਥੇ ਤੁਸੀਂ ਕੰਮ ਕਾਰ ਤੇ ਬੈਠੇ ਅਦਰਕ ਸਿਰ ਤੇ ਮਲੀ ਜਾਓ, ਪਰ ਘਰ ਬੈਠੇ ਹੋ ਵਿਹਲੇ ਹੋ ਤੇ ਕਰਕੇ ਟਰਾਈ ਦੇਖ ਲਿਓ। ਪਰ ਇਹ ਚੀਜ਼ ਬਾ ਕਮਾਲ ਜੇ, ਕਸਰਤ ਤੋਂ ਬਾਅਦ ਆ ਕੇ ਜ਼ਰਾ ਅਦਰਕ ਚੂਸ ਕੇ ਦੇਖਿਓ ਕਿੱਥੇ ਜਾਂਦੀ ਜੇ ਥਕਾਵਟ, ਪਰ ਚਾਹ ਪੀਣ ਲੱਗਿਆ ਤਾਂ ਅਸਰ ਨਹੀਂ ਜੇ ਹੋਣਾ ਜਦ ਤੱਕ ਮੈਨੂੰ ਤੇ ਨੰਦਪ੍ਰੀਤ ਨੂੰ ਇਕੱਠਿਆਂ ਨੂੰ ਸੱਦਾ ਨਹੀਂ ਮਿਲਦਾ। ਜੀ ਅੱਜ ਤਾਂ ਮੈਡਮ ਤੁਸੀਂ ਆਏ ਨਹੀਂ ਸਾਡੇ ਸਟੂਡੀਓ ਤੇ, ਅਸੀਂ ਉਮੀਦ ਕਰਦੇ ਸੀ ਚਾਹ ਅਸੀਂ ਬਣਾ ਰੱਖੀ ਸੀ, ਅਦਰਕ ਤੁਹਾਡੇ ਤੋਂ ਅਸੀਂ ਪਵਾ ਲੈਣਾ ਸੀ, ਤੇ ਅਗਲੀ ਵਾਰ ਉਮੀਦ ਕਰਦੇ ਜ਼ਰੂਰ, ਅਗਲੇ ਵਾਰ ਤੁਸੀਂ ਸਾਡੇ ਸਟੂਡੀਓ ਆਓ, ਨਾਲੇ ਚਾਹ ਰੱਖਾਂਗੇ, ਨਾਲ ਅਦਰਕ ਕਾਲੀ, ਨਾਲੇ ਪ੍ਰੋਗਰਾਮ ਕਰਾਂਗੇ ਜੀ। ਜੀ ਬਿਲਕੁਲ, ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਜੀ ਤਾਂ ਅਦਰਕ ਵਾਲੀ ਚਾਹ ਦੇ ਫਾਇਦੇ ਉਹ ਵੀ ਤੁਹਾਨੂੰ ਦੱਸਤੇ, ਤੇ ਨਾਲ ਹੀ ਅਦਰਕ ਕਿਸ ਤਰੀਕੇ ਨਾਲ ਖਾਣਾ ਚਾਹੀਦਾ, ਉਹਦੇ ਕੀ ਫਾਇਦੇ ਜਾਂ ਫਿਰ ਉਹਦੇ ਕੀ ਨੁਕਸਾਨ ਹੋ ਸਕਦੇ ਜੇ ਵੱਧ ਮਾਤਰਾ 'ਚ ਉਹਨੂੰ ਖਾਈਏ, ਤਾਂ ਇਹ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਹੁਣ ਤੁਹਾਡੀ ਵਾਰੀ ਹੈ ਜੀ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਹ ਨੁਸਖਾ ਜ਼ਰੂਰ ਸਾਂਝੀ ਕਰਨਾ, ਇਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਤੋਰਨਾ। ਤੇ ਫਿਲਹਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।